ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੁਰੂ ਪਿਆਰਿਆਂ ਨੇ ਭਾਈ ਸਾਹਿਬ ਜੀ ਦੇ ਲਿਖਤ ਪਿਆਰੇ ਜੀ ਵਿੱਚੋਂ ਕੁਝ ਕੋ ਵਿਚਾਰ ਇਕੱਤਰ ਕਰਕੇ ਇੱਕ ਟਰੈਕ ਦੀ ਸ਼ਕਲ ਵਿੱਚ ਸੰਗਤਾਂ ਵਿੱਚ ਵੰਡੇ ਸਨ ਜਿਨ੍ਹਾਂ ਨੂੰ ਸਿਰਲੇਖ ਉਹਨਾਂ ਨੇ ਦਿੱਤਾ ਪ੍ਰੀਤਮ ਜੀ ਦੇ ਦੇਸ਼ ਕੀ ਕੋ ਜਾਵੀਏ ਸੋ ਉਹਨਾਂ ਵਿਚਾਰਾਂ ਨੂੰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਜੀ ਪਿਆਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਸਾਨੂੰ ਬਹੁਤੇ ਗਿਆਨਾਂ ਦੀ ਲੋੜ ਨਹੀਂ ਸਾਨੂੰ ਇੱਕ ਸ਼ੈ ਦੀ ਲੋੜ ਹੈ ਜੋ ਸਭ ਤੋਂ ਅਮੋਲਕ ਹੈ ਤੇ ਅਸਲੀ ਹੈ ਅਰ ਸਾਡੇ گاਉਂ ਦੀ ਹੈ ਉਸ ਸ਼ੈ ਦਾ ਪਿਆਰਾ ਨਾਮ ਉਸ ਵਸਤੂ ਦਾ ਹੁਬ ਪਰਿਆ ਨਾਮ ਤੇ ਉਤਮ ਨਾਮ ਹੈ ਨਾਨਕ ਪ੍ਰੇਮ ਇਸ ਪ੍ਰੇਮ ਨੇ ਜਿਸ ਹਿਰਦੇ ਵਿੱਚ ਇੱਕ ਰਤੀ ਭਰ ਨਿਵਾਸ ਕੀਤਾ ਹੈ ਉਹ ਹਿਰਦਾ ਤਨ ਹੈ ਗੁਰੂ ਨਾਨਕ ਪਿਆਰਾ ਲੱਗੇ ਪਾਵੇਂ ਰਤੀ ਕੋ ਪਿਆਰਾ ਲੱਗੇ ਪਰ ਲੱਗੇ ਪਿਆਰਾ ਅਰ ਦਿਨ ਰਾਤ ਮਾੜੀ ਮਾੜੀ ਧੋਖ ਪ੍ਰੀਤਮ ਜੀ ਦੇ ਪਿਆਰ ਦੀ ਉੱਠਦੀ ਰਹੇ ਰਾਤ ਜਾਗ ਖੁੱਲੇ ਤਨ ਧੰ ਗੁਰੂ ਨਾਨਕ ਦੇਵ ਹਿਰਦੇ ਵਿੱਚ ਹੋ ਰਿਹਾ ਹੋਵੇ ਤੁਰੇ ਫਿਰੇ ਆਵੇ ਜਾਵੇ ਕੰਮਕਾਰ ਵਿੱਚ ਪਿਆਰ ਦੀ ਧੂ ਵਜ ਜਾਵੇ ਤਨ ਹੋ ਸ਼ਰੀਰ ਤੇ ਤਨ ਹੈ ਓ ਮਨ ਜਿਸ ਅੰਦਰ ਏ ਕਿਣਕਾ ਵਸਿਆ ਹੈ ਜੇ ਮਹੀਨੇ ਵਿੱਚ ਇੱਕ ਛਿਨ ਵੀ ਐਸੀ ਆ ਜਾਵੇ ਕਿ ਮੂੰਹ ਕਹੇ ਧੰ ਗੁਰੂ ਨਾਨਕ ਦੇਵ ਤੇ ਅੱਖਾਂ ਜਲ ਨਾਲ ਭਰ ਜਾਣ ਤੇ ਸਰੀਰ ਲੂਕੰਡੇ ਹੋ ਜਾਣ ਤੇ ਕਲੇਜੇ ਵਿੱਚ ਪ੍ਰੀਤਮ ਗੁਰੂ ਨਾਨਕ ਦੇਵ ਜੀ ਦੇ ਮਿਲਣ ਦੀ ਖਿੱਚ ਤੁਣਕਾ ਦੇ ਜਾਵੇ ਤਾਂ ਜਨਮ ਸਫਲ ਹੈ ਜਿਸ ਨੂੰ ਇੱਕ ਵਾਰ ਐਸਾ ਸਮਾਂ ਲੰਘ ਗਿਆ ਹੈ ਉਸ ਅੰਦਰ ਪਿਆਰਾ ਜ਼ਰੂਰ ਵਸੇਗਾ ਗੁਰੂ ਨਾਨਕ ਜੀਵਨ ਸ਼ਕਤੀ ਹੈ ਗੁਰੂ ਨਾਨਕ ਜੀਮ ਦਾ ਜਾਗ ਦਾ ਪ੍ਰੀਤਮ ਹੈ ਗੁਰੂ ਨਾਨਕ ਮਨੁੱਖ ਬਣ ਕੇ ਸੰਸਾਰ ਤਾਰਨ ਆਇਆ ਹੈ ਉਹ ਹੁਣ ਵੀ ਆਪਣੇ ਪ੍ਰੇਮੀਆਂ ਦਾ ਪ੍ਰੀਤਮ ਉਸੇ ਤਰ੍ਹਾਂ ਹੈ ਉਸ ਨਾਲ ਨੇਹੁ ਜਿਸ ਦਾ ਲੱਗ ਗਿਆ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਜੇ ਲੋੜ ਹੈ ਤਾਂ ਇੱਕੋ ਲੋੜ ਲੋੜੇ ਜੇ ਤਾਂਗ ਹੈ ਤਾਂ ਇੱਕੋ ਤਾਂਗ ਤਾਂਗੇ ਔਰ ਉਹ ਕੀ ਗੁਰੂ ਨਾਨਕ ਪ੍ਰੇਮ ਦੀ ਰਿਜ਼ਮ ਅੰਦਰ ਵਸਾਓ ਕਾਸ਼ ਉਹ ਘੜੀ ਆਵੇ ਤੇ ਆਈ ਹੋਈ ਫਿਰ ਨਾ ਖੁਸੇ ਕਿ ਪ੍ਰੀਤਮ ਜੀ ਦਾ ਪ੍ਰੇਮ ਸੁੱਤੇ ਹੋਏ ਸ਼ੇਰ ਵਾਂਗੂ ਜਾਗ ਪਵੇ ਅਤੇ ਪਿਆਰ ਦਾ ਐਸਾ ਰਸ ਬਜ ਜਾਵੇ ਕਿ ਪਏ ਖੀਵੇ ਹੋਈਏ ਤੇ ਗਾ ਵੀਏ ਮੂ ਲਾਲਨ ਸਿਓ ਪ੍ਰੀਤ ਬਣੀ ਰਹਾਓ ਤੋਰੀ ਨਾ ਟੁੱਟੇ ਛੋਰੀ ਨਾ ਛੂਟੇ ਐਸੀ ਮਾਦੋ ਖਿੰਜਤਨੀ ਦਿਨ ਸ੍ਰੈਣ ਮਨਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਪ੍ਰੀਤਮ ਜੀ ਨੂੰ ਪਿਆਰ ਕਰੋ ਅੰਦਰ ਵਸਾਓ ਜਨ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣਿਆ ਅਖੋ ਤਨ ਗੁਰੂ ਨਾਨਕ ਦੇਵ ਤਨ ਜਗਦਾਤਾ ਪ੍ਰੀਤਮ ਜੀ ਜੋ ਸਾਡੇ ਵਿੱਚ ਸਾਡੇ ਵਰਗਾ ਹੋ ਕੇ ਵਸਿਆ ਤੇ ਸਾਡੇ ਅੰਦਰ ਲੋ ਲਗਾ ਕੇ ਲੁਕ ਬੈਠਾ ਜੋ ਲੋ ਲੱਗੀ ਵਾਲਿਆਂ ਤੋਂ ਦੇ ਛੱਡ ਕੇ ਵੀ ਨਹੀਂ ਲੁਕਿਆ ਉਹਨਾਂ ਦੇ ਹਿਰਦੇ ਨੂੰ ਤਖਤ ਬਣਾ ਕੇ ਅੱਠੇ ਪੈਰ ਉਤੇ ਬਿਰਾਜਦਾ ਹੈ ਧਨ ਹੈ ਐਸਾ ਪ੍ਰੀਤਮ ਹੋਰ ਕੀ ਲੋੜ ਹੈ ਜੋ ਦਿਸਦਾ ਹੈ ਕਿਸ ਅਰਥ ਹੈ ਜੋ ਨਾ ਦਿਸਣ ਵਾਲਾ ਅਮੋਲਕ ਪਦਾਰਥ ਉਹ ਵੀ ਕਿਸ ਅਰਥ ਹੈ ਸਭ ਤਰ ਵਰ ਦੀ ਛਾਇਆ ਹੈ ਮੁਕਤ ਵੀ ਕੁਝ ਵਸਤੂ ਨਹੀਂ ਤੇ ਸੁਰਗ ਬੈਕੁੰਠ ਵੀ ਕਿਸੇ ਕੰਮ ਨਹੀਂ। ਪਾਪਾਂ ਤੋਂ ਛੁੱਟਣ ਦਾ ਸੰਕਲਪ ਤੇ ਉੱਚੇ ਹੋਣ ਦੀ ਇੱਛਾ ਵੀ ਮਾਇਆ ਦਾ ਜਾਲ ਹੈ। ਸਾਰ ਵਸਤੂ ਇਹੋ ਨਾਨਕ ਪ੍ਰੇਮ ਹੈ। ਜੇ ਇਹ ਲਜ ਜਾਵੇ ਤਾਂ ਇਹ ਧਨ ਮਗਨ ਰਹੇ ਤੇ ਸਾਰੀ ਆਪਣੀ ਮੈਂ ਮੇਰੀ ਤੇ ਸੋਚਾਂ ਛੱਡ ਕੇ ਇੱਕੋ ਲਗਨ ਵਿੱਚ ਲੱਗਾ ਰਹੇ। ਏ ਗੁਰੂ ਨਾਨਕ ਪ੍ਰੀਤਮ ਜੀ ਆਪਣਾ ਪਿਆਰ ਲਾ ਦਿਓ ਤਨ ਗੁਰੂ ਨਾਨਕ ਦੇਵ ਜੀ ਆਪਣਾ ਪਿਆਰ ਲਾ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਸੰਗ ਕਰਨਾ ਸਭ ਤੋਂ ਸ਼੍ਰੇਸ਼ਟ ਕੰਮ ਹੈ ਆਪਣੇ ਨਿਤਨੇਮ ਦੇ ਪਾਠਾਂ ਨੂੰ ਪਿਆਰ ਨਾਲ ਕਰਨਾ ਚਾਹੀਦਾ ਹੈ ਔਰ ਸਤਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨਾ ਅਤੀ ਲਾਭਦਾਇਕ ਹੈ ਜੇਕਰ ਸਤਗੁਰ ਜੀ ਦੇ ਚਰਨ ਕਮਲਾਂ ਦਾ ਧਿਆਨ ਰੱਖਣ ਲੱਗ ਜਾਈਏ ਹਰ ਵੇਲੇ ਖਿਆਲ ਕਰੀਏ ਕਿ ਉਹ ਸਾਡੇ ਨਾਲ ਹਨ ਉਹਨਾਂ ਦੇ ਹੋਣ ਦਾ ਹੈ ਮਾਤਰ ਦਾ ਸੰਕਲਪ ਭੁੱਲਣ ਨਾ ਦੇਈਏ ਤਾਂ ਚਿੱਤ ਭਜਦਾ ਖੁਬਦਾ ਤੇ ਲੱਗਦਾ ਹੈ ਸੰਸਾਰ ਵਿੱਚ ਜਨਮ ਲਾਹੇ ਵਾਸਤੇ ਹੋਇਆ ਹੈ ਪਰ ਅਸੀਂ ਸਭ ਟੋਟੇ ਵਾਲੇ ਕੰਮ ਕਰ ਰਹੇ ਹਾਂ ਜਿਨ੍ਹਾਂ ਪਿਆਰਿਆਂ ਤੋਂ ਵਿਛੜ ਜਾਣਾ ਹੈ ਉਹਨਾਂ ਵਿੱਚ ਜਲ ਵਿੱਚ ਕੌਲ ਫੁੱਲ ਵਾਂਗੂ ਨਾ ਰਹਿਣਾ ਤੇ ਸੱਚਾ ਪ੍ਰੇਮ ਸਦਾ ਰਹਿਣ ਵਾਲੇ ਸਦਾ ਖੁਸ਼ੀਆਂ ਤੇ ਸਦਾ ਚਾਉ ਦੇ ਦਾਤੇ ਵਾਹਿਗੁਰੂ ਵੱਲ ਨਾ ਲਗਾਣਾ ਇਹ ਟੋਟੇ ਵਿੱਚ ਜਾਣਾ ਹੈ। ਲਾਹੇ ਵੱਲ ਉਹ ਜਾ ਰਿਹਾ ਹੈ ਜੋ ਅੰਦਰ ਵਾਹਿਗੁਰੂ ਦੀ ਹਜ਼ੂਰੀ ਨੂੰ ਰੱਖਦਾ ਹੈ ਤੇ ਬਾਹਰ ਸੰਸਾਰ ਦੇ ਫਰਜ਼ ਅਦਾ ਕਰਦਾ ਹੈ। ਹਾਂਜੀ ਲਾਹੇ ਵੱਲ ਉਹ ਜਾ ਰਿਹਾ ਹੈ ਜੋ ਅੰਦਰ ਵਾਹਿਗੁਰੂ ਦੀ ਹਜ਼ੂਰੀ ਨੂੰ ਰੱਖਦਾ ਹੈ। ਤੇ ਬਾਹਰ ਸੰਸਾਰ ਦੇ ਫਰਜ਼ ਅਦਾ ਕਰਦਾ ਹੈ ਸਤ ਸੰਗ ਗੁਰਬਾਣੀ ਆਦੀ ਇਸ ਦੇ ਸਾਧਨ ਹਨ ਹਾਦੀ ਯਾਨੀ ਪਰਮਾਰਥ ਦਾ ਰਾਹ ਦੱਸਣ ਵਾਲਾ ਹਾਦੀ ਤੋਂ ਬਿਨਾ ਰਾਹ ਦਾ ਤੈ ਹੋਣਾ ਕਠਿਨ ਹੈ ਸਾਡੇ ਹਾਦੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਆਪ ਕਹੋਗੇ ਉਹ ਤਾਂ ਹਨ ਵਿਅਕਤੀ ਜਾਂ ਸ਼ਰੀਰ ਵਿੱਚ ਨਹੀਂ ਹਨ ਪਰ ਇਹ ਖਿਆਲ ਕਰਕੇ ਉਹਨਾਂ ਦੇ ਪਿਆਰ ਤੋਂ ਸਹਾਇਤਾ ਤੋਂ ਵਿਰਵੇ ਰਹਿ ਜਾਣਾ ਠੀਕ ਨਹੀਂ ਹੈ ਤੁਸੀਂ ਇਹ ਆਦਤ ਪਕਾਓ ਕਿ ਸ੍ਰੀ ਗੁਰੂ ਜੀ ਮੇਰੇ ਅੰਗ ਸੰਗ ਹਨ ਇਹ ਗਲਚਿਤ ਵਿੱਚ ਆ ਜਾਵੇ ਸਾਨੂੰ ਕਿਸੇ ਵੇਲੇ ਵੀ ਨਾ ਭੁੱਲੇ ਪਹਿਲੇ ਇਹ ਔਖਾ ਹੈ ਪਰ ਸ਼ੁਰੂ ਕਰਨ ਵੇਲੇ ਦਿਨ ਵਿੱਚ ਕਈ ਵੇਰ ਤੁਹਾਨੂੰ ਚੇਤਾ ਆ ਜਾਇਆ ਕਰੇਗਾ ਕਿ ਗੁਰੂ ਨਾਨਕ ਦੇਵ ਜੀ ਹਨ ਅਰ ਮੇਰੇ ਨਾਲ ਇਹ ਸਾਂਝ ਸੁਰਤ ਵਿੱਚ ਪੈ ਜਾਣ ਨਾਲ ਪ੍ਰੇਮ ਦੀ ਖਿੱਚ ਦਾ ਖਜ਼ਾਨਾ ਜੋ ਅੰਦਰ ਮਾਇਆ ਵੈਰਨ ਦੇ ਵਸ ਵਿੱਚ ਆਇਆ ਹੋਇਆ ਹੈ ਸਾਡੇ ਵਸ ਵਿੱਚ ਆਉਣ ਲੱਗ ਜਾਵੇਗਾ ਜਿਉਂ-ਜਿਉਂ ਇਹ ਯਾਦ ਖਿੱਚ ਦੀ ਸ਼ਕਲ ਇਖਤਿਆਰ ਕਰੇਗੀ ਤਿਉਂ-ਤਿਉਂ ਸਤਿਗੁਰ ਦੀ ਸਹਾਇਤਾ ਸਾਡੀ ਮਦਦਗਾਰ ਬਣੇਗੀ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਗੁਰਵਾਕ ਹੈ ਕੁਝ ਸਰੀਰਕ ਪ੍ਰਬੰਧ ਜ਼ਰੂਰੀ ਹਨ ਜੋ ਮੈਨੂੰ ਆਸ਼ਾ ਹੈ ਕਿ ਆਪ ਜਾਣਦੇ ਹੋਵੋਗੇ ਪਰੰਤੂ ਮੈਂ ਲਿਖ ਦਿੰਦਾ ਹਾਂ ਜੋ ਚੇਤੇ ਰਹਿਣ ਪਹਿਲਾ ਰਾਤ ਦਾ ਅੰਨ ਜ਼ਰਾ ਸਵਖਤੇ ਛਕ ਲੈਣਾ ਚਾਹੀਦਾ ਹੈ ਤਾਂ ਜੋ ਪ੍ਰਸ਼ਾਦ ਛਕਣ ਤੋਂ 2 ਕੋ ਘੰਟੇ ਬਾਅਦ ਸੁੱਤਾ ਜਾਵੇ ਦੂਸਰਾ ਇਹ ਪ੍ਰਸਾਦ ਬੋਧ ਪੇਟ ਭਰ ਕੇ ਖਾਣਾ ਅੱਛਾ ਨਹੀਂ ਥੋੜੀ ਜਿਹੀ ਭੁੱਖ ਬਾਕੀ ਹੋਵੇ ਤਮ ਬਸ ਕਰ ਦਿੱਤੀ ਫਾਕੇ ਕਰਨ ਦਾ ਜਾਂ ਆਪ ਨੂੰ ਥੋੜਾ ਖਾ ਕੇ ਕਮਜ਼ੋਰ ਕਰਨੇ ਦਾ ਮਤਲਬ ਨਹੀਂ ਹੈ ਪਰੰਤੂ ਤੂੜ ਕੇ ਨਾ ਖਾਣ ਦਾ ਤਾਤਪਰਜ ਹੈ ਤੀਸਰਾ ਸੋਣਾ 10 ਵਜੇ ਤੋਂ ਪਹਿਲੇ ਚੰਗਾ ਹੈ ਚੌਥਾ 4 ਵਜੇ ਤੜਕੇ ਦੇ ਲਗਭਗ ਉਠਣਾ ਤੇ ਇਸ਼ਨਾਨ ਆਦਿ ਕਰਕੇ ਇਕਾਂਤ ਬੈਠ ਜਾਣਾ ਚਾਹੀਦਾ ਹੈ। 5ਵਾਂ ਕੇਸੀ ਇਸ਼ਨਾਨ, ਸ਼ਰੀਰ ਦਾ ਇਸ਼ਨਾਨ, ਕੱਪੜਿਆਂ ਦਾ ਪਹਿਨਣਾ ਇਹ ਸਦਾ ਸਵੱਛ ਰੱਖਣਾ ਲਾਭਦਾਇਕ ਹੈ। 6ਵਾਂ ਕਰ ਦੇ ਕੰਮਾਂ ਵਿੱਚ ਆਲਸ ਕਰਨਾ ਤੇ ਬੈਠਮਲ ਬਣ ਜਾਣਾ ਪਰਮਾਰਥ ਲਈ ਸ਼ਰੀਰ ਨੂੰ ਕਮਜ਼ੋਰ ਕਰਦਾ ਹੈ। ਇਸ ਤਰ੍ਹਾਂ ਦੇ ਆਮ ਖਿਆਲ ਸ਼ਰੀਰਕ ਸ਼ੁੱਧਤਾ ਦੇ ਰੱਖ ਕੇ ਫਿਰ ਆਤਮਾ ਦੇ ਇਸ਼ਨਾਨ ਸਾਧਨ ਵਿੱਚ ਲੱਗਣਾ ਜੋ ਇਸ ਤਰ੍ਹਾਂ ਨਾਲ ਕੁਝ ਹੋ ਸਕਦਾ ਹੈ ਸਵੇਰੇ 4 ਵਜੇ ਇਕਾਂਤ ਬੈਠ ਕੇ ਸ੍ਰੀ ਗੁਰੂ ਜੀ ਨੂੰ ਆਪਣੇ ਅੰਗ ਸੰਗ ਵਿਰਾਜਮਾਨ خیال ਕਰਕੇ ਜਪ ਸਾਬ ਦੇ ਪਾਠ ਕਰੋ ਔਰ ਇਸ ਤਰ੍ਹਾਂ ਕਰੋ ਕਿ ਸ੍ਰੀ ਗੁਰੂ ਜੀ ਆਪ ਸਰਵਣ ਕਰ ਰਹੇ ਹਨ ਐਸਾ ਕਰਨੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਟਿਕਣਾ ਸ਼ੁਰੂ ਹੋ ਜਾਏਗਾ ਪ੍ਰੇਮ ਜਾਗਣਾ ਸ਼ੁਰੂ ਹੋ ਜਾਏਗਾ ਇਸ ਧਿਆਨ ਤੇ ਖਿੱਚ ਦੇ ਕਾਰਨ ਮਨ ਵਿੱਚ ਜੋ ਵਿਖੇਬ ਦਾ ਆਉਗਣ ਹੈ ਜਿਸ ਨੂੰ ਸੰਕਲਪਾਂ ਵਿਕਲਪਾਂ ਦਾ ਫੁਰਨਾ ਆਖਦੇ ਹਨ ਦੂਰ ਹੋਣ ਲੱਗ ਜਾਏਗਾ ਸਫਾਈ ਤੇ ਇਕਾਗਰਤਾ ਆਉਣੀ ਸ਼ੁਰੂ ਹੋ ਜਾਏਗੀ ਹੋ ਸਕਦਾ ਹੈ ਕਿ ਕਦੇ-ਕਦੇ ਇਸ ਤਰ੍ਹਾਂ ਪਾਠ ਕਰਦਿਆਂ ਤੁਹਾਨੂੰ ਨੀਂਦ ਸਤਾਵੇ ਜਾਂ ਇੱਕ ਨੀਂਮ ਨੀਂਦਰ ਦੀ ਅਵਸਥਾ ਪੈਦਾ ਹੋ ਜਾਵੇ ਤਦ ਇਸ ਧਿਆਨ ਨਾਲ ਦੂਰ ਰਹੇਗੀ ਭਲਾ ਜੇ ਉਹ ਦੂਰ ਨਾ ਰਹੇ ਤਦ ਉੱਠ ਕੇ ਸਹਜੇ ਸਹਜੇ ਟੈਲਣ ਲੱਗੇ ਔਰ ਉਸੇ ਤਰ੍ਹਾਂ ਪਾਠ ਤੇ ਧਿਆਨ ਵਿੱਚ ਲੱਗੇ ਰਹੇ ਥੋੜੀ देर ਬਾਅਦ ਫਿਰ ਬੈਠ ਗਏ ਮਤਲਬ ਇਹ ਹੈ ਕਿ ਪਾਠ ਵੇਲੇ ਜੋ ਨੀਂਦ ਤੇ ਆਲਸ ਜੇ ਇੱਕ ਤਰ੍ਹਾਂ ਦੀ ਗਮਤਾ ਜਈ ਪੈਦਾ ਕਰਦਾ ਹੈ ਉਸ ਵਿੱਚ ਕਦੇ ਆਪਣੇ ਆਪ ਨੂੰ ਨਹੀਂ ਪੈਣ ਦੇਣਾ ਸਾਵਧਾਨ ਰਹਿਣਾ ਜੈਸੇ ਗੁਰੂ ਜੀ ਦਾ ਵਾਕ ਹੈ ਪ੍ਰਭ ਕੀ ਉਸਤਤ ਕਰੋ ਸੰਤ ਮਿਤ ਸਾਵਧਾਨ ਇਕਾਗਰ ਚਿਤ ਸਿੱਖ ਦਿਹਾੜੀ ਗ੍ਰਸਤੀ ਰਾਤ ਨੂੰ ਸੰਨਿਆਸੀ ਹੈ ਰਾਤ ਜਦ ਸਾਰਾ ਪਰਿਵਾਰ ਸੋ ਜਾਵੇ ਤਾਂ ਆਪ ਬੈਠ ਜਾਵੇ ਕੀਰਤਨ ਸਵੇਲੇ ਦਾ ਪਾਠ ਕਰਕੇ ਨਾਮ ਸ਼ੁਰੂ ਕਰੇ ਤੇ ਕਰਦਾ ਕਰਦਾ ਉੰਗਾ ਆਉਂਦੇ ਸੋ ਜਾਵੇ ਤੇ ਜਦ ਜਾਗੇ ਜੇ ਨਾਮ ਜਾਰੀ ਹੋਵੇ ਤਾਂ ਸਮਝੋ ਕਿ ਨੀਂਦ ਵਿੱਚ ਵੀ ਨਾਮ ਜਾਰੀ ਰਿਹਾ ਹੈ ਜਾਗਣ ਵਿੱਚ ਸ਼ਾਂਤ ਸੁਖ ਬਾਣੀ ਜਾਂ ਨਾਮ ਹੋਵੇ ਤਾਂ ਵੀ ਸਮਝੋ ਕਿ ਨਾਮ ਜਾਰੀ ਰਿਹਾ ਹੈ ਜਪ ਤਪ ਹੱਠ ਕਰਮਾ ਤਾਂ ਸਭ ਕੁਝ ਲੱਜ ਜਾਂਦਾ ਹੈ ਪਰ ਰਸ ਕਠਨ ਹੈ ਜੇ ਰਸ ਨਹੀਂ ਪਿਆ ਤਦ ਕੀ ਬਣਿਆ ਜਿਨ੍ਹਾਂ ਨੂੰ ਕਦੇ ਰਸ ਦਾ ਝਲਕਾ ਵੱਜ ਜਾਂਦਾ ਹੈ ਉਸ ਭਾਗੇ ਹਨ ਤਨ ਹਨ ਪਰ ਜੇ ਸ਼ੁਕਰ ਕਰਦੇ ਰਹਿ ਤੁਸੀਂ ਹੁਣ ਸਵੇਰ ਦਾ ਉੱਠਣਾ ਤੇ ਨਿਤਨੇਮ 바ਕਾਇਦਾ ਕਰਦੇ ਹੋ ਤਾਂ ਜੋ ਚਿੱਤ ਦੀ ਹਾਲਤ ਸਵਸਥ ਹੋ ਜਾਵੇ ਗੁਰਸਿੱਖੀ ਵਿੱਚ ਕੋਈ ਗੱਲ ਇਸ ਤਰ੍ਹਾਂ ਨਾਲ ਕਰਨੇ ਦੀ ਆਗਿਆ ਨਹੀਂ ਕਿ ਜਿਸ ਦਾ ਫਲ ਸੁਰਤ ਦਾ ਥੱਕ ਜਾਣਾ ਜਾਂ ਸ਼ਰੀਰ ਦਾ ਟੁੱਟ ਜਾਣਾ ਹੋਵੇ ਆਰਾਮ ਦੀ ਨੀਂਦਰ ਖਾਣ ਪੀਣ ਤੇ ਹੋਰ ਸਰੀਰਕ ਅਰੋਗਤਾ ਦੇ ਜ਼ਰੂਰੀ ਕੰਮ ਕਰਕੇ ਅਤੇ ਆਪਣੇ ਰੋਜ਼ਗਾਰ ਲਈ ਜਿੰਨਾ ਵਕਤ ਲੋੜੀਂਦਾ ਹੈ ਉਸ ਵਿੱਚ ਲਗਾਣਾ ਪਰੰਤੂ ਇਸ ਤਰ੍ਹਾਂ ਕਰਨ ਵਿੱਚ ਸਾਰਾ ਸਮਾਂ ਖਰਚ ਨਹੀਂ ਹੁੰਦਾ ਅਕਸਰ ਬਹੁਤ ਵਕਤ ਬਚਦਾ ਹੈ ਉਸ ਸਾਰੇ ਨੂੰ ਅੱਗੇ ਦੀ ਤਿਆਰੀ ਅਰਥ ਖਰਚ ਕਰਨਾ ਚਾਹੀਦਾ ਹੈ ਜੇਕਰ ਪਹਿਲੇ ਪਹਿਲ ਤਬੀਅਤ ਬਚਤ ਦਾ ਸਾਰਾ ਵਕਤ ਨਾ ਦੇ ਸਕੇ ਤਾਂ ਇਹ ਪ੍ਰਬੰਧ ਕਰਨਾ ਚਾਹੀਏ ਕਿ ਰਾਤ 10 ਵਜੇ ਤੋਂ ਪਹਿਲੇ ਸੋ ਜਾਵੇ ਔਰ ਸਵੇਰੇ 4 ਵਜੇ ਉੱਠ ਬੈਠੇ 4 ਤੋਂ 7 ਵਜੇ ਤੱਕ ਜਾਂ 6:30 ਤੱਕ ਇਹ ਗੁਰਬਾਣੀ ਅਭਿਆਸ ਵਿੱਚ ਖਰਚ ਹੋਵੇ ਸਵੇਰ ਦਾ ਜੋ ਇਹ ਵੇਲਾ ਸੰਭਾਲਿਆ ਜਾਵੇ ਤਾਂ ਇਸ ਦਾ ਅਸਰ ਸਾਰਾ ਦਿਨ ਤਬੀਅਤ ਤੇ ਛਾਇਆ ਰਹੇਗਾ ਫਿਰ ਸਾਂਝ ਨੂੰ ਕੁਝ ਵਕਤ ਰਹਿਰਾਸ ਲਈ ਤੇ ਸੌਣ ਵੇਲੇ ਕੀਰਤਨ ਸਵੇਲੇ ਲਈ ਕੁਝ ਵਕਤ ਕੱਢਣਾ ਚਾਹੀਦਾ ਜਦੋਂ ਇਹ ਤਰ੍ਹਾਂ ਵੇਲੇ ਸੰਭਾਲੇ ਜਾਣ ਤਾਂ ਕੁਝ ਸਮਾਂ ਪਾ ਕੇ ਮਾਇਆ ਵਿਹੋ ਮਨ ਤੋਂ ਘਟਦਾ ਹੈ ਤਦੋਂ ਬਾਣੀ ਦਾ ਸਵਾਦ ਆਉਂਦਾ ਹੈ ਜਿਉਂ-ਜਿਉਂ ਸਵਾਦ ਵੱਧਦਾ ਹੈ ਉਹ ਆਪ ਹੀ ਫਿਰ ਵਕਤ ਨੂੰ ਆਪਣੇ ਵੱਲ ਖਿੱਚੀ ਜਾਂਦੀ ਹੈ ਅੰਮ੍ਰਿਤ ਵੇਲੇ ਜਦ ਬਾਣੀ ਪੜੋ ਇਕਾਂਤ ਬੈਠ ਕੇ ਪੜੋ ਪਰ ਉਸ ਵੇਲੇ ਇਹ ਖਿਆਲ ਕਰੋ ਕਿ ਮੈਂ ਬਾਣੀ ਸੁਣਜ ਵਿੱਚ ਨਹੀਂ ਪੜ ਰਿਹਾ ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਂ ਉਹ ਨਜ਼ਰ ਨਹੀਂ ਪੈਂਦੇ ਕਿਉਂਕਿ ਮੇਰੀ ਆਤਮ ਦ੍ਰਿਸ਼ਟੀ ਅਜੇ ਬੰਦ ਹੈ ਪਰ ਉਹ ਮੇਰੇ ਸਾਹਮਣੇ ਬੈਠੇ ਹਨ ਔਰ ਮੇਰੇ ਪਾਠ ਨੂੰ ਸੁਣ ਰਹੇ ਹਨ ਜਦ ਕਦੇ ਇਹ ਖਿਆਲ ਬਜੇਗਾ ਕਿ ਗੁਰੂ ਜੀ ਸੁਣਦੇ ਹਨ ਤਦ ਮਨ ਖਿਲਾਰ ਤੋਂ ਇਕੱਠਾ ਹੋ ਕੇ ਇੱਕ ਨੁਕਤੇ ਵੱਲ ਰੁਹ ਕਰੇਗਾ ਉਨ੍ਹਾਂ ਦੀ ਹਜ਼ੂਰੀ ਵਿੱਚ ਕੁਝ ਪਿਆਰ ਤੇ ਭੈ ਵਾਲਾ ਸਤਕਾਰ ਹੋਵੇਗਾ ਇਸ ਤਰ੍ਹਾਂ ਪਾਠ ਕਰਨਾ ਹਜ਼ੂਰੀ ਦਾ ਪਾਠ ਆਖਦੇ ਹਨ ਪਾਠ ਕਰਨਾ ਇੱਕ ਤਰ੍ਹਾਂ ਦੀ ਸਨਮੁਖ ਉਸਤਤ ਕਰਨੀ ਤੇ ਆਤਮ ਸਹਾਇਤਾ ਵਾਸਤੇ ਅਰਜ਼ ਕਰਨੀ ਹੁੰਦੀ ਹੈ ਸੋ ਜੇ ਤਾਂ ਕਿਸੇ ਨੂੰ ਸੰਬੋਧਨ ਕੀਤਾ ਜਾਵੇ ਅਰਥਾਤ ਕਿਸੇ ਸੁਣਨ ਵਾਲੇ ਤੇ ਜਵਾਬ ਦੇਣ ਦੀ ਸਮਰੱਥਾ ਵਾਲੇ ਨੂੰ ਸੁਣਾਇਆ ਜਾਵੇ ਤਦ ਤਾਂ ਉਸ ਦਾ ਕੁਝ ਸਵਾਦ ਹੋਵੇ ਜੋ ਆਪ ਦੀ ਉਮੀਦ ਹੋਵੇ ਔਰ ਕਰਨ ਵਿੱਚ ਕੁਝ ਪ੍ਰਯੋਜਨ ਸਫਲ ਹੋਵੇ ਐਵੇਂ ਜੋ ਕੁਝ ਕੀਤਾ ਜਾਂਦਾ ਹੈ ਉਹ ਉਜਾੜ ਵਿੱਚ ਵਾਜਾਂ ਮਾਰਨ ਵਾਂਗੂ ਸੁੰਝ ਵਿੱਚ ਖਿਲਰਦਾ ਹੈ ਤੇ ਆਪਣੇ ਪੂਰੇ ਅਸਰ ਤੋਂ ਖਾਲੀ ਜਾਂਦਾ ਹੈ ਇਸ ਗੱਲ ਵਿੱਚ ਸ਼ੱਕ ਨਹੀਂ ਚਾਹੀਦਾ ਕਿ ਗੁਰੂ ਕਿਉਂ ਸੁਣੇਗਾ ਉਹ ਬਹੁਤ ਉੱਚਾ ਹੈ ਤੇ ਅਸੀਂ ਨੀਵੇਂ ਹਾਂ ਬੇਸ਼ੱਕ ਅਸੀਂ ਨੀਵੇਂ ਹਾਂ ਤੇ ਉਹ ਬਹੁਤ ਉੱਚਾ ਹੈ ਪਰ ਉਹ ਪ੍ਰੇਮ ਦਾ ਰੂਪ ਹੈ పాਪੀਆਂ దుఖిਆਂ ਦੀ ਖਾਤਰ ਸੰਸਾਰ ਪਰ ਆ ਕੇ ਖੇਦ ਪਾ ਕੇ ਸਾੜੀਆਂ ਸੁਣਦਾ ਰਿਹਾ ਤੇ ਸੁਖ ਦੇਂਦਾ ਰਿਹਾ ਹੈ ਹੁਣ ਕਿਉਂ ਨਾ ਸੁਨੇਗਾ ਤੇ ਪਿਆਰ ਕਰੇਗਾ ਇਹ ਪੱਕਾ ਵਿਸ਼ਵਾਸ ਚਾਹੀਦਾ ਹੈ ਕਿ ਗੁਰੂ ਸੁਣਦਾ ਹੈ ਕਦੇ ਕਦੇ ਇਸ ਤਰ੍ਹਾਂ ਕੀਤੇ ਪਾਠ ਵਿੱਚ ਬਹੁਤ ਰਸ ਆਵੇਗਾ ਉਸ ਦਿਨ ਗੁਰੂ ਗੋਆ ਬਾਣੀ ਨੂੰ ਪਾਠ ਨੂੰ ਮਨਜ਼ੂਰ ਕਰਦਾ ਹੈ ਗੁਰੂ ਦਾ ਰੂਪ ਆਨੰਦ ਹੈ ਜਦ ਬਾਣੀ ਆਨੰਦ ਦਿੰਦੀ ਹੈ ਤਦ ਤਾਂ ਉਹ ਗੁਰੂ ਦਾ ਫੇਰਾ ਹੁੰਦਾ ਹੈ ਜੋ ਆਪਣੇ ਪਿਆਰ ਦਾ ਮੀਂਹ ਸਾਡੇ ਪਰ ਵਰ ਜਾਂਦਾ ਹੈ ਇਹ ਜੋ ਸਤਗੁਰੂ ਜੀ ਦਾ ਧਿਆਨ ਕਰਕੇ ਬਾਣੀ ਪੜਨੀ ਤੇ ਉਹਨਾਂ ਨੂੰ ਸੁਣਾਉਣੀ ਹੈ ਇਸ ਪਰ ਸਤਗੁਰੂ ਜੀ ਦਾ ਆਪਣਾ ਹੁਕਮ ਹੈ ਗੁਰ ਕੀ ਮੂਰਤ ਮਨ ਮੇ ਧਿਆਨ ਮੇਰਾ ਵਿਸ਼ਵਾਸ ਹੈ ਜੇਕਰ ਇਸ ਤਰ੍ਹਾਂ ਆਪ ਬਾਣੀ ਪੜੋਗੇ ਤਾਂ ਧਿਆਨ ਟਿਕੇਗਾ ਅਰਸ ਵੀ ਪਵੇਗਾ ਇਸ ਦੇ ਨਾਲ ਕੁਸੰਗ ਤੋਂ ਬਚਾਓ ਕਰਨਾ ਬੁਰੀ ਸਹਬਤ ਤੋਂ ਦੂਰ ਰਹਿਣਾ ਔਰ ਜਿੱਥੋਂ ਤੱਕ ਵਾਚਲੇ ਭਲਾ ਕਰਨਾ ਤੇ ਬੁਰਾ ਕਿਸੇ ਦਾ ਨਹੀਂ ਕਰਨਾ ਕੁਝ ਵਕਤ ਚਾਹੇ 15 ਹੀ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਰੋਜ਼ ਦੇਣ ਗੁਰੂ ਨਾਨਕ ਦੇਵ ਬੜਾ ਦਿਆਲੂ ਪਿਤਾ ਹੈ ਉਸ ਦੀ ਹਜ਼ੂਰੀ ਵਿੱਚ ਸਭ ਕੁਝ ਕਰਨਾ ਚਾਹੀਦਾ ਆਪ ਨੇ ਰੁਪਏ ਦੇ ਖਰਚ ਬਾਬਤ ਵੀ ਲਿਖਿਆ ਹੈ ਗੁਰੂ ਕਿਰਪਾ ਨਾਲ ਆਪ ਅਮੀਰ ਕਰ ਜਨਮੇ ਹੋ ਰੁਪਏ ਤੋਂ ਗਨੀ ਹੋ ਅਸਲ ਇਹ ਗੱਲ ਹੈ ਕਿ ਇਨਸਾਨ ਰੁਪਏ ਇਕੱਠੇ ਕਰਨ ਵਾਸਤੇ ਨਹੀਂ ਆਇਆ ਜਿਸ ਸ਼ੈ ਨਾਲ ਪਿਆਰ ਕਰੀਏ ਉਸੇ ਦਾ ਰੂਪ ਹੋ ਜਾਈਦਾ ਹੈ ਰੁਪਏ ਇੱਕ ਮੁਰਦਾ ਸ਼ੈ ਹੈ ਇਸ ਦਾ ਪਿਆਰ ਰੂਹ ਵਿੱਚ ਆਤਮ ਜੀਵਨ ਵੱਲੋਂ ਇੱਕ ਮੁਰਦਾਪਨ ਪੈਦਾ ਕਰਦਾ ਹੈ ਰੁਪਏ ਦਾ ਪਿਆਰ ਇੰਨਾ ਮੁਰਦਹਾ ਕਰੀ ਜਾਂਦਾ ਹੈ ਕਿ ਦੁੱਖ ਦੇ ਕੇ ਵੀ ਰੁਪਏ ਇਕੱਠੇ ਕਰਦਾ ਹੈ ਦੂਸਰੇ ਦੀ ਪੀੜ ਤੋਂ ਪੀੜਤ ਨਹੀਂ ਹੁੰਦਾ ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਆਦਮੀ ਨਾਂਗਾ ਹੋ ਕੇ ਜੰਗਲ ਵਿੱਚ ਜਾ ਬੈਠੇ ਪਰ ਇਹ ਰੁਪਏ ਦੇ ਪਿਆਰ ਵਿੱਚ ਆਪਣੀ ਆਤਮਾ ਨਾ ਖੋ ਦੇਵੇ ਸੰਸਾਰ ਦੀ ਇੱਜ਼ਤ ਤੇ ਰੁਪਏ ਅੰਤ ਨੂੰ ਨਾਲ ਨਹੀਂ ਜਾਂਦੇ ਇਸ ਕਰਕੇ ਆਪਣੇ ਕਮਾਏ ਰੁਪਏ ਵਿੱਚ ਆਪਣਾ ਨਿਰਵਾਹ ਕਰਕੇ ਜੋ ਬਚੇ ਸਾਰਾ ਵਾਹਿਗੁਰੂ ਦਾ ਜਾਨੂੰ ਤੇ ਉਸ ਦਾ ਜਾਣ ਕੇ ਵਾਹਿਗੁਰੂ ਦੀ ਸੰਤਾਨ ਸ੍ਰਿਸ਼ਟੀ ਨਾਲ ਜੋ ਸਾਡੇ ਵੀਰ ਹਨ ਵੰਡ ਕੇ ਵਰਤੋ ਪਰ ਜੇ ਅਜੇ ਤਬੀਅਤ ਇਤਨੀ ਤਿਆਰ ਨਹੀਂ ਹੈ ਤਾਂ ਇਸ ਰਸਤੇ ਪਾਓ ਕਿ ਸਨੇ ਸਨੇ ਇਸ ਨੁਕਤੇ ਉੱਤੇ ਆ ਜਾਵੇ ਆਮਦਨ ਧਰਮ ਦੀ ਰੱਖੋ ਰਿਸ਼ਵਤ ਤੋਂ ਉੱਕਾ ਪਰਹੇਜ਼ ਰਹੇ ਜੋ ਆਪਣੀ ਕਮਾਈ ਦਾ ਆਵੇ ਉਸ ਦਾ ਦਸਵੰਦ ਗੁਰੂ ਅਰਪਣ ਕਰੋ ਬਾਕੀ ਰੁਪਏ ਨੂੰ ਪਰਮੇਸ਼ਰ ਦੇ ਭੈ ਤੇ ਪਿਆਰ ਵਿੱਚ ਆਪਣੀ ਸੁਪਤਨੀ ਨਾਲ ਵਿਚਾਰ ਕੇ ਭਲਾਈ ਤੇ ਜਾਇ ਸੁਖ ਲਈ ਵਰਤੋ ਖਾਣਾ ਪੀਣਾ ਖਰਚਾ ਐਸਾ ਰੱਖੋ ਕਿ ਜਿਸ ਨਾਲ ਤਨ ਪੀੜਿਤ ਨਾ ਹੋਵੇ ਤੇ ਮਨ ਵਿਕਾਰੀ ਨਾ ਹੋਵੇ ਹੁਕਮ ਹੈ बाबा ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀ ਹੈ ਮਨ ਮੇ ਚਲੇ ਵਿਕਾਰ ਦਸਵੰਤ ਕੱਢਣਾ ਤੇ ਦੇਣਾ ਉਚਿਤ ਹੈ ਅਰ ਹੋਰ ਖਰਚ ਤੇ ਚੰਦੇ ਇਸ ਵਿੱਚੋਂ ਕਾਟ ਕਰਨੇ ਨਹੀਂ ਚਾਹੀਏ ਜੋ ਆਪਣੀ ਮौज ਵਾਸਤੇ ਹੋ ਜੇ ਬਹੁਲਤਾ ਦੇ ਸਮੇਂ ਦੀ ਕਮਾਈ ਜਰ ਕੇ ਵਰਤੀ ਤੇ ਜਿਉਰੀ ਜਾਵੇ ਤਾਂ ਟੋਟੇ ਸਮੇਂ ਕਾਟ ਘਟ ਪੈਂਦੀ ਹੈ ਟੋਟੇ ਤ੍ਰਹ ਕਾਰਣਾ ਕਰਕੇ ਪੈਂਦੇ ਹਨ ਪਹਿਲਾ ਪਿਛਲੇ ਜਨਮਾਂ ਦੇ ਕਰਮਾਂ ਦੇ ਢੇੜ ਆ ਜਾਂਦੇ ਹਨ ਜੋ ਚੜੀ ਸੁਰਤ ਨੂੰ ਅਕਾਰਣ ੇਠਾਂ ਲੈ ਜਾਂਦੇ ਦੂਸਰਾ ਪੰਜਾਂ ਵਿਸ਼ਿਆਂ ਦੇ ਵਸ ਹੋ ਕੇ ਜਾਂ ਕਿਸੇ ਇੱਕ ਦੋ ਦੇ ਵਸ ਹੋ ਕੇ ਆਪਣੇ ਸਹਿਜ ਨੂੰ ਛੱਡ ਕੇ ਉਹਨਾਂ ਦੇ ਭੜਕਾ ਵਿੱਚ ਆ ਗਿਆਂ ਜਾਂ ਕੁਸੰਕੀਤਿਆਂ ਸੁਰਤ ੇਠਾਂਾਂ ਚਲੀ ਜਾਂਦੀ ਹੈ ਤੀਸਰਾ ਜੇ ਕਿਸੇ ਭਾਰੀ ਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿੱਚ ਸਮਾਈਏ ਫਿਰ ਉਹਨਾਂ ਦੀ ਮੈਲ ਆਪਣੇ ਮਨ ਤੇ ਆ ਕੇ ਸੁਰਤ ਨੂੰ ਏਠਾਂ ਹਾਂ ਲੈ ਆਉਂਦੀ ਹੈ ਸੋ ਇਲਾਜ ਕੀ ਹੈ ਟੋਟੇ ਦਾ ਪਹਿਲਾ ਧਿਆਨ ਸਤਗੁਰੂ ਦਾ ਤੇ ਨਾਮ ਉਚਾਰ ਦਾ ਗੇੜਾ ਵਧੇਖ ਤਿਰਖਾ ਕਰਨਾ ਦੂਸਰਾ ਇਸ਼ਨਾਨ ਮਾਲਿਸ਼ ਕਪੜੇ ਬਦਲਣੇ ਇਕਾਂਤ ਜਾ ਕੇ ਗੱਜ ਕੇ ਬਾਣੀ ਪੜਨੀ ਪ੍ਰਾਰਥਨਾ ਕਿਸੇ ਨਿਜ ਦੇ ਸਤਸੰਗੀ ਦੇ ਦਰਸ਼ਨ ਤੇ ਕੁਸੰਗ ਦਾ ਤਿਆਗ ਤੀਸਰਾ ਆਪਣੇ ਦਿਲ ਨੂੰ ਆਪਣੇ ਤੋਂ ਵਧੇਕ ਉਜਲ ਦਿਲਾਂ ਨਾਲ ਰਗੜਨਾ ਪਰ ਇਸ ਤੋਂ ਪਹਿਲਾਂ ਰਟਣ ਦਾ ਗੇੜ ਅਤ੍ਰਿਖਾ ਕਰਨਾ ਚਾਹੀਏ ਲਹਾ ਚੜਾ ਵਾਰ ਵਾਰ ਆਉਂਦੇ ਹਨ ਜੇ ਨੀਅਤ ਰਾਸਤੇ ਸਤਸੰਗ ਦੀ ਹੋਵੇ ਤਦ ਹਰ ਲਹਾ ਪਹਿਲੇ ਨਾਲੋਂ ਉੱਚੀਆਂ ਕਰਦਾ ਜਾਂਦਾ ਹੈ ਹਰ ਉਤਰਾਈ ਦੇ ਬਾਅਦ ਚੜ੍ਹਾਈ ਆਉਂਦੀ ਹੈ ਸਾਡੇ ਮਨ ਵਿੱਚ ਜਿੰਨੇ ਵਧੀਕ ਖਿਆਲ ਪੈਦਾ ਹੋਣਗੇ ਉੰਨੇ ਵਧੀਕ ਸਾਡੇ ਅੰਦਰ ਸਾਈ ਨਾਲੋਂ ਵਿਤ ਪਵੇਗੀ ਬਾਣੀ ਦਾ ਪਾਠ ਤੇ ਸਿਮਰਨ ਇਸ ਲਈ ਕਰੀਦਾ ਹੈ ਕਿ ਮਨ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੋ ਜਾਵੇ ਤੇ ਹੋਰ ਤਰੰਗ ਘਟ ਜਾਣ ਤੇ ਫੁਰਨੇ हट ਜਾਣ ਮਨ ਭਾਰਾ ਤੇ ਬਾਣੀ ਤੋਂ ਬੇਸਵਾਦ ਤਦ ਹੁੰਦਾ ਹੈ ਜਦੋਂ ਮਨ ਵਿੱਚ ਪਿਆਰੇ ਜੀਤੋਂ ਬਿਨਾਂ ਕਿਸੇ ਗੱਲ ਦਾ ਪੈ ਤੋਖਲਾ ਪਰਮ ਯਾ ਕਿਸੇ ਨਾਮਹੀਨ ਮਿੱਤਰ ਪਿਆਰੇ ਦਾ ਪਿਆਰ ਵਾਰ ਲਈਦਾ ਹੈ ਜੇ ਇਸ ਤੋਂ ਬਚਿਆ ਰਹੇ ਤਦ ਫੇਰ ਰਸ ਨਹੀਂ ਜਾਂਦਾ ਹਾਂਜੀ ਮਨ ਪਹਰਾ ਤੇ ਬਾਣੀ ਤੋਂ ਬੇਸਵਾਦ ਤਦ ਹੁੰਦਾ ਹੈ ਜਦੋਂ ਮਨ ਵਿੱਚ ਪਿਆਰੇ ਜੀਤੋਂ ਬਿਨਾਂ ਕਿਸੇ ਗੱਲ ਦਾ ਭੈ ਤੋਖਲਾ ਭਰਮ ਜਾਂ ਕਿਸੇ ਨਾਮਹੀਨ ਮਿੱਤਰ ਪਿਆਰੇ ਦਾ ਪਿਆਰ ਵਾਰ ਲੈਂਦਾ ਹੈ ਜੇ ਇਸ ਤੋਂ ਬਚਿਆ ਰਹੇ ਤਦ ਫਿਰ ਰਸ ਨਹੀਂ ਜਾਂਦਾ ਸਤਸੰਗ ਦੇ ਪਿਆਰ ਨਾਲ ਰਸ ਬਣਿਆ ਰਹਿੰਦਾ ਹੈ ਖੁਸ਼ੀ ਨੂੰ ਜੀਵਨ ਦਾ ਕਠਨ ਹੈ ਅਜਰ ਵਸਤੂ ਜਰੀ ਨਹੀਂ ਜਾਂਦੀ ਜਦੋਂ ਕੋਈ ਭੁੱਲ ਕੀਤੀ ਫਿਰ ਗਿਰਾਵ ਆਉਂਦਾ ਹੈ ਉਹ ਜਰਨ ਦੀ ਜਾਂਚ ਦੱਸ ਕੇ ਲੰਘ ਜਾਂਦਾ ਹੈ। ਇਉ ਆਦਮੀ ਤੁਰਦਾ ਸਿੱਖਦਾ ਤੇ ਉન્નਤ ਹੁੰਦਾ ਹੈ। ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਅਨਸਾਰ ਸਹਜੇ ਸਹਜੇ ਪਚਵੀ ਤਰੱਕੀ ਕਰ ਦੇਣ। ਜਦੋਂ ਸੁਰਤ ਗਿਰੇ ਤਦੋਂ ਦਿਲ ਦਾ ਹਾਰਨਾ ਠੀਕ ਨਹੀਂ ਹੁੰਦਾ। ਉਦੋਂ ਜੁੱਧ ਦਾ ਵੇਲਾ ਆਉਂਦਾ ਹੈ। ਮਨੋ ਰਾਕੇ ਸਾਡੇ ਅੰਦਰ ਆਵੜੇ ਹਨ ਵੇਲਾ ਜੰਗ ਦਾ ਹੈ ਦਬ ਦਬ ਤੋਬਖਾਨਾ ਢੀੜ ਕੇ ਗੋਲੇ ਚੜਨ ਵਾਤ ਵਜਨ ਤੰਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਆਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਣ ਜੀਓ ਵਧੇਕ ਜ਼ੋਰ ਨਾਲ ਢੇਡ ਚੱਲੇ ਇਸ ਵੇਲੇ ਨਾਮ ਲੈਣਾ ਅਸੂਰੀ ਸੰਪਦਾ ਉੱਤੇ ਗੋਲਾਬਾਰੀ ਕਰਨੀ ਹੈ ਅਖੀਰ ਫਤਿਹ ਤੁਹਾਡੀ ਹੋਵੇਗੀ ਸਿੱਖ ਦੀ ਸਿੱਖੀ ਇਹ ਹੈ ਕਿ ਯਤਨ ਨਹੀਂ ਛੱਡਣਾ ਵਾਹਿਗੁਰੂ ਜੀ ਦਾ ਖਾਲਸਾ ਰੋਜ਼ ਆਖੀਦਾ ਹੈ ਤੇ ਨਾਲ ਹੀ ਵਾਹਿਗੁਰੂ ਜੀ ਦੀ ਫਤਿਹ ਕਹੀਦੀ ਹੈ ਦੋਹਾਂ ਨੂੰ ਮਿਲਾ ਕੇ ਵਿੱਚ ਮੇਲੀਏ ਤਾਂ ਅਰਥ ਇਹ ਨਿਕਲਦਾ ਹੈ ਕਿ ਖਾਲਸੇ ਦੀ ਫਤਿਹ ਹੈ گویا ਖਾਲਸਾ ਤੇ ਫਤਿਹ ਦੋਵੇਂ ਚੀਜ਼ਾਂ ਵਾਹਿਗੁਰੂ ਦੀਆਂ ਹਨ ਤਾਂ ਦੋਹਾਂ ਦਾ ਇੱਕ ਮਾਲਕ ਦੀ ਸਹਿ ਹੋਣ ਕਰਕੇ ਪਰਸਪਰ ਸਹਿਚਾਰ ਹੋ ਗਿਆ ਖਾਲਸਾ ਵਾਹਿਗੁਰੂ ਦੇ ਕਰ ਵਸਤਾ ਹੈ ਪਰ ਜੇ ਉਹ ਅਠੇ ਪੈਰ ਉਸ ਦੇ ਮਾਇਆ ਮੰਡਲ ਵੇੜੇ ਵਿੱਚ ਖੇਡਦਾ ਹੈ ਤਦ ਖਾਲਸਾ ਮਾਇਆ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ ਤੇ ਫਤਿਹ ਸਦਾ ਵਾਹਿਗੁਰੂ ਦੇ ਕਰ ਹੈ ਕਿਉਂਕਿ ਸਰਬਸ਼ਕਤੀਮਾਨ ਕੇਵਲ ਵਾਹਿਗੁਰੂ ਹੈ ਸੋ ਪੂਰਨ ਰੂਪ ਕਰਕੇ ਨਿਰਸੰਸਫਤਿਹ ਉਸਦੇ ਕਰ ਹੈ ਉਸਦੇ ਘਰ ਹੋ ਸਕਦੀ ਹੈ ਜੋ ਸਭ ਤੋਂ ਬਲੀ ਹੈ ਇਸ ਕਰਕੇ ਵਾਹਿਗੁਰੂ ਜੀ ਦੀ ਫਤਿਹ ਰੂਸ ਕਈ ਦੀ ਹੈ ਹੁਣ ਜੇ ਅਸੀਂ ਉਸ ਦੇ ਘਰ ਵਸੀਏ ਜਿਸ ਦੇ ਘਰ ਫਤਿਹ ਨਿਸ਼ਚੇ ਵਸਦੀ ਹੈ ਤਾਂ ਸੱਚ ਜਾਣੋ ਕਿ ਮਨ ਹਾਰੇਗਾ ਅਰ ਤੁਸੀਂ ਜਿੱਤੋਗੇ ਪਰ ਜੇਕਰ ਅਸੀਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹੀ ਨਾ ਬਣੀਏ ਤਦ ਫਿਰ ਫਤਿਹ ਦੀ ਮਰਜ਼ੀ ਹੈ ਕਿ ਸਾਡੇ ਘਰ ਆ ਜਾਵੇ ਕਿ ਨਾ ਆਵੇ ਪ੍ਰੇਮੀ ਨੂੰ ਚਾਹੀਦਾ ਹੈ ਕਿ ਸਵੇਰੇ ਗੁਰੂ ਜੀ ਦਾ ਵਾਕ ਲਵੇ ਜੋ ਸ਼ਬਦ ਆ ਜਾਵੇ ਸਮਝੇ ਕਿ ਅੱਜ ਦਾ ਉਪਦੇਸ਼ ਇਹ ਗੁਰੂ ਜੀ ਤੋਂ ਮਿਲਿਆ ਹੈ ਉਸ ਨੂੰ ਸਮਝ ਵਿਚਾਰ ਕੇ ਪੱਲੇ ਬੰਨੇ ਤੇ ਸਾਰਾ ਦਿਨ ਉਸ ਤੇ ਅਮਲ ਕਰੇ ਦਿਸਣ ਵਾਲੇ ਸਾਰੇ ਪਦਾਰਥਾਂ ਤੋਂ ਮਨ ਨੂੰ ਮੋੜ-ਮੋੜ ਕੇ ਅੰਦਰ ਵਾਰ ਕਰਨਾ ਹੈ ਤੇ ਸਾਈਂ ਦੀ ਯਾਦ ਵਿੱਚ ਲਾਉਣਾ ਹੈ ਮਨ ਨੇ ਪਦਾਰਥਾਂ ਵੱਲ ਧਾਵਣਾ ਹੈ ਕਿਉਂਕਿ ਸ਼ਰੀਰ ਹੋਣ ਕਰਕੇ ਮਨ ਨੂੰ ਪਦਾਰਥਾਂ ਦੀ ਲੋੜ ਹੈ ਤੇ ਲੋੜ ਹੋਣ ਕਰਕੇ ਖਿੱਚ ਹੈ ਤੇ ਸਦਾ ਖਿੱਚ ਦਾ ਅਭਿਆਸ ਹੁੰਦਾ ਰਹਿਣ ਕਰਕੇ ਇੱਕ ਖਿੱਚ ਸੁਭਾਅੂ ਪੂਤ ਹੋ ਜਾਂਦੀ ਹੈ ਫਿਰ ਲੋੜ ਬਿ ਲੋੜੇ ਮਨ ਪਦਾਰਥਾਂ ਵਿੱਚ ਧਾਮਦਾ ਰਹਿੰਦਾ ਹੈ ਇਉਂ ਜੋ ਸੁਭਾਅ ਬਣ ਜਾਂਦਾ ਹੈ ਉਹ ਉਲਟ ਅਭਿਆਸ ਨਾਲ ਬਦਲਦਾ ਹੈ ਉਹ ਹੈ ਇਸ ਨੂੰ ਪਦਾਰਥਾਂ ਵੱਲ ਧਾਮਣ ਤੋਂ ਰੋਕ ਰੋਕ ਕੇ ਸਾਈਂ ਵੱਲ ਲਾਉਣ ਇਉਂ ਇਹ ਅੰਦਰ ਵਾਰ ਨੂੰ ਰੁਖ ਕਰਦਾ ਆਪੇ ਵਿੱਚ ਟਿਕਦਾ ਤੇ ਆਪ ਦੇ ਮੂਲ ਨੂੰ ਪਛਾਣਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਦਾ ਸਾਧਨ ਹੈ ਨਾਮ ਨਾਮ ਦੇ ਅਭਿਆਸ ਨਾਲ ਮਨ ਅੰਦਰ ਨੂੰ ਜਾਂਦਾ ਹੈ ਤੇ ਸਾਇਆ ਜੀਵ ਵਿੱਚ ਟਿਕਦਾ ਹੈ ਦੂਸਰਾ ਹੈ ਵੈਰਾਗ ਦਾ ਅਭਿਆਸ ਇਸ ਮਨ ਨੂੰ ਵਿਚਾਰ ਨਾਲ ਸਮਝਦੇਂਦੇ ਰਹਿਣਾ ਕਿ ਜਿਤਨੀ ਕੋ ਲੋੜ ਮੇਰੇ ਸ਼ਰੀਰ ਨੂੰ ਪਦਾਰਥਾਂ ਦੀ ਹੈ ਸਾਈ ਨੇ ਦਿੱਤੇ ਹੋਏ ਹਨ ਵਾਧੂ ਪਦਾਰਥਾਂ ਵੱਲ ਸੁਭਾਵ ਵਸੋ ਕੇ ਭਜਦੇ ਰਹਿਣਾ ਤ੍ਰਿਸ਼ਨਾ ਤੇ ਵਾਸ਼ਨਾ ਵਿੱਚ ਉੱਡਦੇ ਰਹਿਣਾ ਆਪਣੀਆਂ ਤਾਕਤਾਂ ਨੂੰ ਜ਼ਾਇਲ ਕਰਦੇ ਰਹਿਣਾ ਹੈ ਪੱਲੇ ਕੁਝ ਨਹੀਂ ਵੱਜਦਾ ਸੁਰਤ ਨੂੰ ਹਾਂਡੋਂਦੀ ਹੈ ਥਕਾਨ ਪੱਲੇ ਪੈਂਦੀ ਹੈ ਤਾਂ ਤੇ ਤ੍ਰਿਸ਼ਨਾ ਦੇ ਮਗਰ ਉੱਡਣਾ ਛੱਡੋ ਫਿਰ ਪਰਯਤਨ ਨਾਲ ਜੋੜੇ ਲੱਭੇ ਪਦਾਰਥ ਸਾਰੇ ਅੰਛੜਣੇ ਪੈਂਦੇ ਨਾਲ ਨਹੀਂ ਜਾਂਦੇ ਨਾਲ ਨਾ ਜਾਣ ਵਾਲੇ ਦੇ ਮਗਰ ਨਾ ਤਾਂ ਇਨ ਨਾਲ ਜਾਣ ਵਾਲੇ ਦੇ ਮਗਰ ਪਿਆਰੋ ਨਾਲ ਜਾਣੇ ਵਾਲਾ ਹੈ ਪਰਮੇਸ਼ਰ ਜੀ ਦਾ ਨਾਮ ਸੋ ਪਹੁੰਚਾਂ ਕਿ ਇਸੇ ਤੇ ਆ ਕੇ ਟਿਕ ਇਸ ਤਰ੍ਹਾਂ ਦੇ ਵਿਚਾਰ ਵੈਰਾਗ ਵਿੱਚ ਸਹਾਇਕ ਹੁੰਦੇ ਹਨ ਜਦੋਂ ਇਹਨਾਂ ਯਤਨਾਂ ਨਾਲ ਮਨ ਆਪੇ ਵਿੱਚ ਇਕੱਠਾ ਹੁੰਦਾ ਹੁੰਦਾ ਸਾਈਂ ਤੇ ਟਿਕਦਾ ਹੈ ਤਾਂ ਸੁਖੀ ਹੁੰਦਾ ਹੈ ਜੇਕਰ ਆਪ ਗੁਰੂ ਘਰ ਦੇ ਤਰੀਕੇ ਨਾਲ ਸ਼ਬਦ ਸੁਰਤ ਦਾ ਸਾਧਨ ਕਰਨਾ ਲੋਚਦੇ ਹੋ ਤਦ ਇਹ ਅਲੂਣੀ ਸਿਲਾ ਹੈ ਇੱਥੇ ਹੋਰ ਨਾ ਮਤਾਂ ਵਾਂਗੂ ਕਿਸੇ ਨੇ ਆਪ ਵਾਹ ਵਾਹ ਨਹੀਂ ਕਰਨੀ ਕਿਸੇ ਨੇ ਖਾਈ ਟਪਣਾ ਰਾ ਨਹੀਂ ਦੱਸਣਾ ਕਿਸੇ ਨੇ ਕਿਸੇ ਵੇਲੇ ਆਪ ਦੀ ਨਾਵਾਕਫੀ ਦਾ ਫਾਇਦਾ ਨਹੀਂ ਉਠਾਣਾ ਇਸ ਘਰ ਵਿੱਚ ਸੱਚ ਹੈ ਔਰ ਨੰਗਾ ਸੱਚ ਤੇ ਨੰਗਾ ਸਵਾਦੀਕ ਨਹੀਂ ਹੋਇਆ ਕਰਦਾ ਕੀ ਆਪ ਚਾਹੁੰਦੇ ਹੋ ਕਿ ਉਸ ਮਾਰਗ ਪਰ ਕਦਮ ਤਰੋ ਜਿਸ ਦੀ ਮਹਿਮਾ ਹੈ ਕੇ ਪਰਮਾਨੰਦ ਪ੍ਰਦਾਨ ਕਰੇ ਤਦ ਉਹ ਸਾਰਾ ਕੁਝ ਜੋ ਉਸ ਰਸਤੇ ਦਾ ਰੋਕੂ ਹੋਵੇਗਾ ਅਰਚਿਤ ਨੂੰ ਪਿਆਰਾ ਹੋਵੇਗਾ ਚਿਤ ਨੂੰ ਛੱਡਣਾ ਪਵੇਗਾ ਮਸਲਨ ਅੰਮ੍ਰਿਤ ਵੇਲੇ ਦੀ ਨੀਂਦ ਸਾਂਝ ਵੇਲੇ ਦੀ ਗੱਪ ਛੜਪ ਸੰਸਾਰ ਨੂੰ ਸੁਖ ਜਾਣਨਾ ਆਪਣੇ ਅਜੋਗ ਆਰਾਮ ਰਸਤੇ ਖੁਆਇਸ਼ਾਂ ਇਹ ਸਭ ਛੱਡਣਾ ਪਵੇਗਾ ਫਿਰ ਗੁਰੂ ਘਰ ਵਿੱਚ ਸਾਧਨ ਕੋਈ ਮਸ਼ੀਨ ਦੇ ਪੁਰਜ਼ਿਆਂ ਵਾਂਗੂ ਚੱਲਣ ਵਾਲੇ ਨਹੀਂ ਜਿਹਕੂੰ ਹੱਠ ਯੋਗ ਦੇ ਅਮਲ ਹਨ ਪਰੰਤੂ ਇਹ ਤੇ ਭਗਤੀ ਦਾ ਰਸਤਾ ਹੈ ਕਿ ਕੋ ਵਾਏ ਗੁਰੂ ਸਾਨੂੰ ਪੁੱਤ ਵਾਂਗ ਪਿਆਰ ਕਰੇ ਇਹ ਗੱਲ ਸਿੱਖ ਲੱਭਦੇ ਹਨ ਪਿਆਰੇ ਨਾਲ ਪਿਆਰ ਪਹਿ ਜਾਣਾ ਇਹ ਸਿੱਖੀ ਹੈ ਸੁਰਤ ਸ਼ਬਦ ਇੱਕ ਇਸ ਦਾ ਪਿਆਰ ਦਾ ਵਸੀਲਾ ਹੈ ਬੇਨਤੀ ਹੈ ਕਿ ਸਤਸੰਗ ਕਰਿਆ ਕਰੋ ਕਰਨੀ ਵਾਲੇ ਦੀ ਸਹਬਤ ਬਿਨਾ ਠੰਡ ਕਠਨ ਪੈਂਦੀ ਹੈ ਬਾਕੀ ਰਹੀ ਦਲੀਲ ਤੇ ਆਲਮਾਨਾ ਤਸल्ली ਸੋ ਪੁਸਤਕ ਪਾਰੇ ਪਏ ਹਨ ਜੋ ਦਸਾਂ ਦਿਨਾਂ ਵਿੱਚ ਬ੍ਰह्म ਬਣਾ ਦਿੰਦੇ ਤੇ ਜੇਕਰ ਟੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਤਦ ਉਥੇ ਸੜਕ ਸਾਫ਼ ਹੈ ਭਰੋਸਾ ਕਰਿਏ ਕਿ ਸਾਖਿਆਤ ਗੁਰੂ ਹੈ ਤਦ ਗੁਰੂ ਕਹਿ ਰਿਹਾ ਹੈ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੇ ਫਿਰ ਕੀ ਕੋ ਪੜੋ ਐਦਾਂ ਕਿ ਬਾਣੀ ਰੂਪ ਹੋ ਜਾਓ ਆਖਦੇ ਹਨ ਕਿ ਜਹ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਇ ਐਸਾ ਪਿਆਰ ਬਾਣੀ ਨਾਲ ਪਵੇ ਕਿ ਜੇ ਬਾਣੀ ਵਿਸਰੇ ਤਾਂ ਰੋਗੀ ਦੀ ਤਰ੍ਹਾਂ ਪੀੜਾ ਹੋਣ ਲੱਗ ਜਾਵੇ ਅਸੀਂ ਗੁਰੂ ਦੀ ਬਾਣੀ ਇਸ ਪਿਆਰ ਨਾਲ ਤੇ ਇਸ ਭਰੋਸੇ ਨਾਲ ਨਹੀਂ ਪੜਦੇ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਨੇ ਪਰਤਖ ਗੁਰੂ ਨਿਸਤਾਰੇ ਜਦ ਬਾਣੀ ਵਿੱਚ ਰਸ ਪੈ ਜਾਵੇ ਤਦਕਾਰ ਜਰਾਸ ਹੋ ਗਿਆ ਰਸ ਪਿਆ ਤੇ ਅਗਲੇ ਰਸਤੇ ਬਾਣੀ ਆਪੇ ਖੋਲਦੀ ਹੈ ਇਹ ਗਾੜੀ ਰਾਹ ਹੈ ਕਿਤੇ ਵੀ ਕੁਝ ਖੇਚਲ ਨਹੀਂ ਪੈਂਦੀ ਪਰ ਬਾਣੀ ਪਿਆਰ ਨਾਲ ਪੜੀਏ ਤੇ ਭਰੋਸੇ ਨਾਲ ਪੜੀਏ ਵਾਇਗਰੂ ਅੰਗ ਸੰਗ ਵਿਆਪਕ ਹੈ ਅੱਠੇ ਪਹਿਰ ਸਾਡੇ ਨਾਲ ਹੈ ਪਰ ਸਾਨੂੰ 24 ਘੰਟੇ ਵਿੱਚ ਕਿੰਨਾ ਕੁ ਚੇਤਾਉਂਦਾ ਹੈ ਕਿ ਵਾਇਗਰੂ ਹੈਗਾ ਹੈ ਸਾਰਾ ਦਿਨ ਹੀ ਭੁੱਲ ਵਿੱਚ ਲੰਘਦਾ ਹੈ ਹੁਣ ਜੇ ਕਦੇ ਬਾਣੀ ਹੀ ਪੜਨ ਵੇਲੇ ਚੇਤੇ ਰਵੇ ਕਿ ਅਸੀਂ ਵਾਇਗਰੂ ਦੇ ਜਸ ਦੀ ਬਾਣੀ ਪੜ ਰਹੇ ਹਾਂ ਤੇ ਵਾਇਗਰੂ ਸੁਣ ਰਿਹਾ ਹੈ ਤਦ ਕਾਰਜ ਰਾਸ ਹੋਣ ਵਾਲਾ ਬਣੇ ਅਸੀਂ ਜਦ ਬਾਣੀ ਪੜਦੇ ਹਾਂ ਤਾਂ ਨਾਮ ਤੱਕ ਜਿਸ ਦਾ ਜਸ ਬਾਣੀ ਕਰਦੀ ਹੈ ਉਸ ਨੂੰ ਯਾਦ ਨਹੀਂ ਰੱਖਦੇ ਬਾਣੀ ਪੜਦਿਆਂ ਹਰ ਸਵਾਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਿਹਾ ਹੈ ਅਸੀਂ ਅੰਨੇ ਖੂ ਵਿੱਚ ਵਟੇ ਨਹੀਂ ਪਾਰੇ ਪਰ ਆਪਣੇ ਮਾਲਕ ਨੂੰ ਪਿਤਾ ਨੂੰ ਸੁਣਾ ਰਹੇ ਹਾਂ ਇਹ ਹਿਰਦੇ ਵਿੱਚ ਉਸ ਪਿਆਰੇ ਨਾਲ ਪ੍ਰੇਮ ਪੈਦਾ ਕਰੇਗਾ ਤੇ ਉਸ ਦੀ ਕਿਰਪਾ ਨੂੰ ਆਪਣੇ ਵੱਲ ਖਿੱਚੇਗਾ ਇਸ ਸੁਰਤ ਲੱਗਣ ਦੀ ਵਾਦੀ ਪੈਦਾ ਕਰੇਗਾ ਇਸ ਸੁਰਤ ਵਿੱਚ ਸ਼ਬਦ ਦਾ ਘਰ ਬਣਾਵੇਗਾ ਬਾਣੀ ਇਕਾਂਤ ਬੈਠ ਕੇ ਪੜੀ ਜਾਵੇ ਇਸ ਚੇਤੇ ਨਾਲ ਪੜੀ ਜਾਵੇ ਕਿ ਬਾਣੀ ਦਾ ਮੁੱਦਾ ਜਾਂ ਮਾਬੂਦ ਵਾਹਿਗੁਰੂ ਸੁਣ ਰਿਹਾ ਹੈ ਅਸੀਂ ਉਸ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਹਾਂ ਤਦ ਹੀ ਆਤਮ ਰਸ ਦੇ ਦਰਵਾਜ਼ੇ ਤੇ دستਕ ਜਾਵਜਦੀ ਉਸ ਵੇਲੇ ਮਨ ਵਿੱਚ ਵੈਗਰੂ ਦਾ ਭੈ ਅਦਬ ਤੇ ਪਿਆਰ ਹੋ ਜਾਂਦੇ ਹਨ ਮਨ ਦਾ ਉੱਡਣਾ ਰੁਕ ਜਾਂਦਾ ਹੈ ਵਧੇਕ ਸਵਾਦ ਲੈਣਾ ਹੋਵੇ ਔਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਛ ਹਿੱਸਾ ਐਸਾ ਪੜਿਆ ਜਾਵੇ ਕਿ ਜੀਬ ਪਾਠ ਕਰੇ ਤੇ ਕੰਨ ਸੁਣਨ ਤੇ ਕੁਛ ਅਰਸੇ ਬਾਅਦ ਜੀਬ ਕਰੇ ਤੇ ਜੀਬ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ ਤੇ ਫਿਰ ਹਿਰਦਾ ਹੀ ਪਿਆ ਬਾਣੀ ਪੜੇ ਤੇ ਜੀਬ ਅਢੋਲ ਬਿਰਾਜੀ ਰਹੇ ਜੇ ਕੁਛ ਸਮਾਂ ਐਉਂ ਅਭਿਆਸ ਪੱਕ ਜਾਵੇ ਤੇ ਮਨ ਵਿੱਚ ਖਾਸ ਲੱਛਣ ਪੈਦਾ ਹੋਣ ਤਾਂ ਅੱਗੇ ਵੱਲ ਸੁਰਤ ਦਾ ਰੁਖ ਪੈ ਕੇ ਹੋਰ ਸਾਧਨ ਵਿੱਚ ਲੱਗ ਜਾਂਦੀ ਬਾਣੀ ਦਾ ਪਿਆਰ ਨਾਲ ਪਾਠ ਪਿਆਰੇ ਗੁਰੂ ਨਾਨਕ ਦੇ ਸਾਹਮਣੇ ਕਰਨਾ ਤੁਰ ਦੇ ਫਿਰ ਦੇ ਵੇਲੇ ਵਕਤਾਂ ਵਿੱਚ ਤਨ ਗੁਰੂ ਨਾਨਕ ਉਚਾਰਨਾ ਅਰ ਮਾੜਾ ਜੇ ਖਿਆਲ ਨੁਕਤੇ 'ਤੇ ਵਲ ਰੱਖਣਾ ਕਿ ਸਾਡੇ ਸਿਰ 'ਤੇ ਦਾਤਾ ਹੈ ਬਸ ਇਹ ਕਰਤਬ ਕਰੀ ਚੱਲੀਏ ਮੇਰ ਕਰਨ ਵਾਲਾ ਸਤਿਗੁਰੂ ਆਪੇ ਟੁੱਟਦਾ ਰਹਿੰਦਾ ਹੈ ਡਰਨਾ ਨਹੀਂ ਚਾਹੀਦਾ ਨਾਮ ਇੱਕ ਦਿਨ ਵਿੱਚ ਅੰਦਰ ਨਹੀਂ ਵਸਦਾ ਇਹ ਲੰਮੀ ਖੇਡ ਹੈ ਬੱਚਾ ਵਿਦਵਾਨ ਤਾਂ ਕਦੇ ਹੁੰਦਾ ਹੈ ਪਰ ਸਬਕ ਪਕਾਉਂਦਾ ਰੋਜ਼ ਹੈ ਔਰ ਸਬਕ ਪਕਾਣੇ ਕਰਕੇ ਮਾਪੇ ਤੇ ਉਸਤਾਦ ਖੁਸ਼ ਹੁੰਦੇ ਹਨ ਇਹ ਸੋਚ ਨਹੀਂ ਕਰਨੀ ਚਾਹੀਦੀ ਕਿ ਮਨ ਨਹੀਂ ਲੱਗਦਾ ਮਨ ਲੱਗੇ ਜਾਂ ਨਾ ਸਬਕ ਪਕਾਈ ਚੱਲੀਏ ਆਪੇ ਫਿਰ ਲੱਗਣ ਲੱਗ ਜਾਂਦਾ ਹੈ ਔਰ ਮਨ ਵਿੱਚ ਮਾਨ ਰੱਖੀਏ ਕਿ ਸਾਡੇ ਸਿਰ ਤੇ ਕਿਸੇ ਦਾ ਹੱਥ ਹੈ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਸਤਗੁਰੂ ਕੰਮਾਂ ਪਰ ਨਹੀਂ ਰੀਚਦਾ ਕੰਮ ਸ਼ੁਭ ਕਰੋ ਪਰ ਸਤਗੁਰ ਸਿਮਰਨ ਪਰ ਰੀਚਦਾ ਮੌਤ ਤੋਂ ਨਹੀਂ ਡਰਨਾ ਮੌਤ ਕੀ ਚੀਜ਼ ਹੈ ਅਸਲ ਵਿੱਚ ਮਰਦਾ ਕੁਝ ਨਹੀਂ ਕੇਵਲ ਚੋਲਾ ਵਟਿੰਦਾ ਹੈ ਸਤਗੁਰ ਦੇ ਪਿਆਰੇ ਮਰ ਕੇ ਸੁੱਖ ਪਾਉਂਦੇ ਹਨ ਮਰ ਕੇ ਅੱਗੇ ਸੁੰਝ ਨਹੀਂ ਹੈ ਅੱਗੇ ਸਤਗੁਰ ਨਾਨਕ ਦਾ ਸਤਸੰਗ ਹੈ ਚੰਗੇ ਚੰਗੇ ਪਿਆਰੇ ਦੁਨੀਆ ਦੇ ਸਾਾਕਾਂ ਸੰਗਾਂ ਤੋਂ ਵੱਧ ਚੰਗੇ ਪ੍ਰੀਤਮ ਜੀ ਦੇ ਸਤਸੰਗੀਆਂ ਵਿੱਚ ਵਾਸ ਹੁੰਦਾ ਹੈ ਪਰ ਮੌਤ ਮੰਗਿੰਦੀ ਵੀ ਨਹੀਂ ਆਵੇ ਤਾਂ ਡਰੀਦਾ ਨਹੀਂ ਨਾ ਆਵੇ ਤਾਂ ਚੇਤੇ ਨਹੀਂ ਕਰੀਦੀ ਕਰੀਦਾ ਇਹ ਹੈ ਕਿ ਆਪਣੀ ਹੁਣ ਸੰਭਾਲੀ ਦੀ ਹੈ ਜੋ ਸਮਾਂ ਸਾਨੂੰ ਮਿਲਿਆ ਹੈ ਇਸ ਵਿੱਚ ਹਰ ਪਲ ਅਸੀਂ ਬਾਣੀ ਜਾਂ ਨਾਮ ਦੇ ਆਧਾਰ ਨਾਲ ਬਤੀਤ ਕਰੀਏ ਸਤਗੁਰ ਸਿਰ ਤੇ ਹੈ ਔਰ ਉਹ ਸਦਾ ਸਹਾਈ ਹੈ ਵਿਖੜੇ ਦਾਉ ਲੰਗਾਵੇ ਮੇਰਾ ਸਤਗੁਰ ਸੁਖ ਸਹਿਜ ਸੇਤੀ ਕਰ ਜਾਂਦੇ ਸਤਿਗੁਰ ਦਾਤਾ ਮਿਹਰ ਕਰਨ ਹਾਰਾ ਹੈ ਕੀਰਤਨ ਕਰਨਾ ਬਹੁਤ ਚੰਗਾ ਹੈ ਇਹ ਸਾਧਨ ਹੈ ਜੋ ਸਾਨੂੰ ਵਾਹਿਗੁਰੂ ਨਾਲ ਜਲਦੀ ਜੋੜਦਾ ਹੈ ਚਿੰਤਤ ਹੀ ਦੀਸੈ ਸਭ ਕੋਏ ਚਿਤੈ ਇਕ ਤਹੀ ਸੁਖ ਹੋਏ ਅਰ ਇਸ ਲਈ ਸੱਚੇ ਪਾਤਸ਼ਾਹ ਹੋਰ ਆਗਿਆ ਕਰਦੇ ਹਨ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਪਹੋ ਗਿਆ ਜੀਵਨ ਪਦਵੀ ਪਰ ਜੀਵਨ ਪਦਵੀ ਲਈ ਦਮ ਦਮ ਦੀ ਸੰਭਾਲ ਸਭ ਤੋਂ ਉੱਚੀ ਸਾਧਨਾ ਹੈ ਹਾਂਜੀ ਜੀਵਨ ਪਦਵੀ ਲਈ ਦਮ ਦਮ ਦੀ ਸੰਭਾਲ ਸਭ ਤੋਂ ਉੱਚੀ ਸਾਧਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ